ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਫੇਰ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਤੁੰਗਾ ਹੇੜੀ, ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ। ਕਿਉਂਕਿ ਜੇ ਗੱਲ ਕਰ ਲਾਂ ਸੱਜਣੋ, ਇਸ ਘਰ ਦੇ ਵਿੱਚੋਂ ਆਪਾਂ ਕਾਫੀ ਜ਼ਿਆਦਾ ਵੀਡੀਓ ਇਸ ਤੋਂ ਪਹਿਲਾਂ ਬਣਾ ਚੁੱਕੇ ਹਾਂ। ਮੇਨ ਜਿਹੜਾ ਬਾਈਆਂ ਦਾ ਕੰਮ ਹੈਗਾ ਵਪਾਰ ਦਾ, ਤੇ ਹੈਗਾ ਵੀ ਜੇ ਮੈਂ ਗੱਲ ਕਰ ਲਾਂ ਸੱਜਣੋ ਹੈਗਾ ਜਰਸੀ ਤੇ, ਤਾਂ ਵੀ ਟੱਲੀ ਐਚ ਐਫ ਕਰੋਸ ਆ ਜਾਂਦੀ ਹੈ। ਪਰ ਜੇ ਜ਼ਿਆਦਾ ਗਿਣਤੀ 'ਚ ਗੱਲ ਕਰ ਲਾਂ, ਇਸ ਘਰ ਦੇ ਵਿੱਚ ਸੱਜਣੋ ਮਿਲਦੀਆਂ ਨੇ ਦੇਖਣ ਨੂੰ ਜਰਸੀ ਗਾਵਾਂ। ਉਸੇ ਤਰਜ ਤੇ ਅੱਜ ਆਪਾਂ ਪਹੁੰਚੇ ਹਾਂ ਬਾਈ ਕੋਲੇ, ਗਾਵਾਂ ਦਿਖਾਵਾਂਗੇ 10, ਦਸਾਂ ਚੋਂ ਦਿਖਾਵਾਂਗੇ ਸੱਜਣੋ ਇੱਕ ਤੋਕੜ ਗੱਬਣ, ਇੱਕ ਤੋਕੜ, 4 ਸੂਣ ਵਾਲੀਆਂ ਤੇ 4 ਹੈਗੀਆਂ ਨੇ, ਮੇਰਾ ਖਿਆਲ ਹੈ 3 ਤੋਂ 4 ਗਾਵਾਂ ਹੈਗੀਆਂ ਨੇ ਤਾਜ਼ੀਆਂ ਸੂਈਆਂ ਹੋਈਆਂ। ਤੇ ਬਾਕੀ ਪੂਰੀ ਡਿਟੇਲ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ, ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ, ਤੇ ਕੱਲੀ ਕੱਲੀ ਦਾ ਸੱਜਣੋ ਵੀਡੀਓ 'ਚ ਕਰਾ ਦਾਂਗੇ ਰੇਟ। ਤੇ ਇੱਕ ਮੇਨ ਗੱਲ ਹੋਰ ਆਖੂੰਗਾ ਬਾਈ, ਜਿਹਨੂੰ ਵੀ ਕੋਈ ਵੀ ਜਾਨਵਰ ਪਸੰਦ ਆਊਗਾ ਆਪਦਾ ਬਾਈ, ਨੇੜੇ ਆ ਕੇ ਹਨਾ ਤਸੱਲੀ ਕਰਕੇ ਦੇਖ ਕੇ ਲੈ ਜਾਓ, ਨਾ ਤਾਂ ਕਰਿਆ ਕਰੋ ਉਸ ਤੋਂ ਬਾਅਦ ਚੈਨਲ ਵਾਲੇ ਸੱਜਣ ਨੂੰ ਫੋਨ, ਤੇ ਨਾ ਦੋਸ਼ ਦਿਆ ਕਰੋ ਸੱਜਣੋ ਵਪਾਰੀ ਨੂੰ, ਕਿਉਂਕਿ ਇਹਨਾਂ ਦੀ ਗਰੰਟੀ ਹੁੰਦੀ ਆ ਘਰ ਘਰ ਦੀ। ਸੂਈ ਸਮਾਰੀ ਨੂੰ ਉਰੇ ਚੋਲਿਓ 4 ਡੰਗ, ਸੂਣ ਵਾਲੀ ਦਾ ਬਾਈ ਚੇਪਾ ਲਾ ਕੇ ਲੈ ਜਾਓ, ਠੀਕ ਆ। ਗੇਟ ਤੋਂ ਬਾਹਰ ਜਦੋਂ ਹੋ ਗਈ ਉਹ ਚੀਜ਼ ਦੀ ਕੋਈ ਗਰੰਟੀ ਨਹੀਂ ਹੁੰਦੀ, ਘਰ ਘਰ ਦੀ ਗਰੰਟੀ ਹੁੰਦੀ ਆ। ਕਿਉਂਕਿ ਬਾਕੀ ਇੱਕ ਮੈਂ ਸ਼ਾਮ ਨੂੰ 7 ਵਜੇ ਪੇਜ ਤੋਂ ਲੈਬ ਵੀ ਹੋਵਾਂਗੇ, ਕੱਲ੍ਹ ਇੱਕ ਹੋਇਆ ਇੰਸੀਡੈਂਸ, ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਵੀ ਉਹ ਸੱਜਣ ਨੇ ਯਾਰ ਕਿਵੇਂ ਸਾਰਾ ਕੰਮ ਉਲਝਾ ਕੇ ਰੱਖਤਾ, ਵੀ ਪਰੇਸ਼ਾਨੀ 'ਚ ਹੀ ਪਾਤਾ। ਤੇ ਬਾਕੀ ਆ ਜਾਓ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ, ਕੱਲੀ ਕੱਲੀ ਤੋਰ ਕੇ ਦਿਖਾਉਂਦੇ ਹਾਂ, ਤੇ ਡਿਟੇਲ ਵੀ ਬਾਈ ਨੂੰ ਪੁੱਛਦੇ ਹਾਂ। ਆ ਜਾਓ ਜੀ, ਹੋਰ ਕੀ ਹਾਲ ਹੈ ਲਾਡੀ? ਵਧੀਆ ਬਾਈ, ਚੜ੍ਹਦੀ ਕਲਾ? ਹਾਂਜੀ ਹਾਂਜੀ, ਸੋਹਣਾ ਚੱਲਦਾ ਕੰਮ? ਹਾਂਜੀ ਬਾਈ, ਪੂਰਾ ਵਧੀਆ ਚੱਲਦਾ। ਹਾਂ, ਇੱਕ ਗੱਲ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸੀ ਆ ਹਨਾ, ਵੀ ਜਿਹੜਾ ਜਾਨਵਰ ਯਾਰ ਪਸੰਦ ਆਊਗਾ ਇੱਥੇ ਚਾਹੇ 4 ਟਾਈਮ ਚੋਲਿਓ ਹਨਾ, ਤਸੱਲੀ ਕਰਕੇ ਲੈ ਜਿਓ, ਕਿਉਂਕਿ ਬਾਅਦ ਚੋਂ ਯਾਰ ਅਗਲੇ ਦੀ ਪਤਾ ਨਹੀਂ ਵੀ ਸੇਵਾ ਦਾ ਫਰਕ ਪੈ ਜਾਂਦਾ ਜਾਂ ਸਾਂਭ ਸੰਭਾਲ ਦਾ ਫਰਕ ਪੈ ਜਾਂਦਾ, ਜਾਂ ਕਈ ਵਾਰੀ ਜਾ ਕੇ ਯਾਰ ਪਸ਼ੂ ਜੀ ਵੀ ਨਹੀਂ ਲਾਉਣਾ ਹੁੰਦਾ। ਆਪਣੇ ਬੰਦੇ ਥੋੜਾ ਜਿਹਾ ਸਬਰ ਵੀ ਘੱਟ ਕਰਦੇ ਨੇ ਬਈ, ਇਸ ਗੱਲ ਦਾ ਖਾਸ ਧਿਆਨ ਰੱਖਿਓ ਵੀ ਇੱਥੇ ਜਿੰਨਾ ਟਾਈਮ ਮਰਜ਼ੀ ਚੈੱਕ ਕਰਕੇ ਲੈ ਜਾਓ, ਕੋਈ ਦਿੱਕਤ ਨਹੀਂ, ਇੱਧਰੋਂ ਸ਼ੁਰੂ ਕਰ ਲਈਏ। ਹਾਂ ਬਈ, ਇੱਧਰੋਂ ਹੀ ਕਰ ਲੈ, ਲਤਰ ਸਾਈ ਤੇ ਮਾਰ ਦੇ 1 ਨੰਬਰ ਵਾਲੀ ਤੇ। ਇਹਦਾ ਕੀ ਸੀ ਨਾ ਬਈ? ਇਹ ਬਈ ਦੂਜੇ ਸੂਏ ਸੂਈ ਹੋਈ ਆ, ਤੋੜ ਦੋ ਜੀ ਖੋਲ ਕੇ, ਤੀਜਾ ਲੈਣਾ ਇਹਨੂੰ ਸੂਈ ਨੂੰ ਬਈ। ਅੱਛਾ, ਹਾਂਜੀ, ਉਹ ਚਾਹ ਚੂ ਪੀਤੀ ਨਹੀਂ ਹਨਾ, ਹੌਲੀ ਬੋਲਦਾ ਥੋੜਾ ਜਿਹਾ। ਅੱਛਾ, ਸਾਜਰੇ ਦਾ ਟਾਈਮ ਆਈ। ਹਾਂ, ਸਾਜਰੇ ਦਾ ਟਾਈਮ ਆ, ਸਰੀਰ ਬਣਿਆ ਨਹੀਂ ਅਜੇ ਹਨਾ, ਸਰੀਰ ਬਣਿਆ ਨਹੀਂ ਕਹਿੰਦਾ, ਸਾਜਰੇ ਦਾ ਟਾਈਮ ਆ, ਲੇਟ ਫੇਟ ਉੱਠਿਆ, ਸਾਨੂੰ ਪਤਾ ਸੱਜਣੋ ਜਿਹੜਾ ਇਹ ਕੰਮ ਆ ਯਾਰ। ਤੇ ਮੇਨ ਗੱਲ ਇੱਕ ਹੋਰ ਦੱਸ ਦੂੰਗਾ, ਇਹ ਹੈਗੀਆਂ ਨੇ ਗਾਵਾਂ ਹਿਮਾਚਲ ਵਾਲੀਆਂ ਨੇ, ਤੇ ਵਿੱਚ ਜਿਹੜੀਆਂ 1-2 ਪੰਜਾਬ ਵਾਲੀਆਂ ਹੋਣਗੀਆਂ ਉਹ ਵੀ ਤੁਹਾਨੂੰ ਮੈਂ ਦੱਸ ਦੂੰਗਾ ਹਨਾ ਬਾਈ। ਹਾਂ ਬਾਈ, ਇਹ ਹਰੇਕ ਵਪਾਰੀ ਦੱਸ ਕੇ ਨਹੀਂ ਵੇਚਦਾ, ਆਪਾਂ ਦੱਸ ਕੇ ਵੇਚਦੇ ਹਾਂ ਜਿਹੜੀ ਚੀਜ਼ ਬਾਈ ਕਹਿੰਦਾ ਦੱਸ ਕੇ ਵੀ ਜਿਹੜੀ ਹੋਊਗੀ। ਇਹ ਹੈਗੀ ਆ ਦੂਜਾ ਸੂਆ ਜਰਸੀ, ਸੂਈ ਹੋਈ ਆ ਤਾਜ਼ੀ, ਸੂਈ ਹੋਈ, ਤੀਜਾ ਦੇਣਾ ਸੂਈ ਨੂੰ। ਬੋਲੀ ਕਿੰਨੀ ਆ ਹੁਣ ਇਹਦੇ ਲਈ? ਬੋਲੀ ਬਾਈ 8 ਕਿਲੋ, 8 ਕਿਲੋ ਰੈਡੀ ਦਾ। ਬੱਚਾ ਕੀ ਆ ਨਾਲ ਇਹਦੇ? ਬੱਚਾ ਜੀ। ਅੱਛਾ, ਮਾਂਗਰ ਇਹਦੇ ਹੈਗਾ ਮੇਲ ਕਾਫ। ਹਾਂਜੀ, ਲੈ ਤਰਸ ਸਿੰਘ ਐਨ ਦਿਖਾ ਦੇ ਸਮਾਰ ਕੇ, ਅਗਲੇ ਬੰਨਿਓ ਮਾਰਦੇ ਲੇਵੇ ਲੂਵੇ ਤੇ ਕੈਮਰਾ, ਤੇ ਕੱਦ ਤੁਹਾਨੂੰ ਪਤਾ ਜਿੱਡਾ ਕਿਹਨਾਂ ਦਾ ਹੁੰਦਾ ਹਿਮਾਚਲ ਵਾਲੀਆਂ ਦਾ, ਉੱਡਾ ਕਿਹਦਾ ਕੱਦ ਦਾ ਢਾਂਚਾ ਢੂੰਚਾ ਤੁਹਾਡੇ ਸਾਹਮਣੇ ਆ ਸੱਜਣੋ ਜੋ ਵੀ ਹੈਗਾ। ਤੇ ਮੇਨ ਗੱਲ ਆ ਯਾਰ ਬੱਚੀ ਸਾਫ ਆ, ਥਣ ਥਨੋਟ ਵੀ ਚੰਗਾ ਲੱਗਿਆ, ਦੁੱਧ ਇਹਦੇ ਥੱਲੇ ਹੈਗਾ ਇਸ ਟਾਈਮ 8 ਕਿਲੋ ਰੈਡੀ ਦਾ। ਇਹਦੇ ਕਿੰਨੇ ਪੈਸੇ ਲਵਾਂਗੇ ਲਾਡੀ? ਇਹਦੇ ਬਾਈ ਦੇ ਮੁੱਲ 35,000 ਆ, ਇਹ ਦੇ ਦਾਂਗੇ ਆਪਾਂ 34,000 ਦੀ। ਬਸ ਮੁੱਲ ਨਾ ਹੁਣ ਕਿਸੇ ਦਾ ਵੀ ਕਰੀ, ਕਰਦੇ ਨਹੀਂ ਹੈਗੇ, ਜਿੰਨਾ ਜਿੰਨਾ ਆਪਾਂ ਨੇ ਦੇਣਾ ਹਨਾ ਉਹਨਾਂ ਉਹਨਾਂ ਫਿਕਸ ਰੇਟ ਹੀ ਕਰਦੀ। ਹਾਂਜੀ, ਲੈ ਇਹ ਬੱਚੀ ਸੱਜਣੋ ਤੁਹਾਨੂੰ ਮਿਲੂਗੀ 34,000 ਰੁਪਏ ਚ, ਦੂਜਾ ਸੂਆ ਤੇ ਨਵੀਂ ਬੱਚੀ ਆ। ਬਾਕੀ ਯਾਰ ਇਹਦੀ ਬਾਡੀ ਬੁੱਡੀ ਤੁਹਾਨੂੰ ਚੀਜ਼ ਦੀ ਦੱਸਦੀ ਵੀ ਆ, ਜਾਨ ਚਾਹੂੰਗੀ ਬਾਈ। ਹੁਣ ਆ ਵੀ ਤੋਰ ਦੋ ਜੀ ਖੋਲ ਕੇ, ਇਹਦਾ ਕਿਹੜਾ ਸੂਆ? ਇਹ ਤੀਜੇ ਸੂਈ ਹੋਈ ਆ ਬਾਈ। ਅੱਛਾ, ਇਹਦਾ ਸੂਆ ਤੀਜਾ, ਤੇ ਥਣ ਥਣੋਟ ਇਹਨੂੰ ਘੈਂਟ ਲੱਗਿਆ ਯਾਰ, ਪੂਰਾ ਵਧੀਆ ਹੀ ਚਵਾਈ ਇੱਕ ਨੰਬਰ, ਥਣ ਥਣੋਟ ਇਹਨੂੰ ਲੱਗਿਆ ਮੈਸਾਂ ਵਰਗਾ, ਤੇ ਚਵਾਈ ਚਵੂਈ ਤਾਂ 1 ਨੰਬਰ ਇਹਦੀ ਬਾਈ। ਕਹਿੰਦਾ ਇਹ ਕਿੰਨੇ ਦਿਨ ਦੀ ਸੂਈ ਆ? ਬਈ ਇਹ ਵੀ 3-4 ਦਿਨ ਦੀ ਸੂਈ ਹੋਈ ਆ। ਇਹਦੇ ਨਾਲ ਕਾਫ ਕੀ ਆ? ਇਹਦੇ ਨਾਲ ਬੱਚੀ ਆ ਬਾਈ। ਅੱਛਾ, ਇਹਦੇ ਮਗਰ ਬੱਚੀ? ਹਾਂਜੀ ਹਾਂ, ਇੱਕ ਨਾਲ ਇੱਕ ਫ੍ਰੀ ਆ ਜਰਸੀ। ਹਾਂਜੀ ਹਾਂਜੀ, ਇਹਦੇ ਮਗਰ ਹੈਗੀ ਆ ਸੱਜਣੋ
ਬੱਛੀ ਸੂਆ ਹੈਗਾ ਤੀਜਾ ਕਿੰਨੇ ਦਿਨ ਦੀ ਸੂਈ ਆ? ਇਹ 3-4 ਦਿਨ ਦੀ ਸੂਈ। ਇਹਦੇ ਥੱਲੇ ਬੋਲੀ ਕਿੰਨੀ ਆਉਣਾ? ਇਹਦੇ ਥੱਲੇ ਬਾਈ 10 ਕਿਲੋ ਬੋਲਾ ਠੰਡਾ। 10 ਕਿਲੋ ਕਿੰਨਾ ਕ ਪਾ ਦੂਗੀ ਤੇਰੇ ਤਜਰਬੇ ਦੇ ਹਿਸਾਬ ਨਾਲ? ਬਈ 13 ਕਿਲੋ ਦਾ ਚਵਾਊ ਇਹ। ਅੱਛਾ 12 ਤੋਂ 13 ਕਿਲੋ ਪਾ ਦੂਗੀ ਹੈਨਾ? ਆਰਾਮ ਨਾਲ, ਆਰਾਮ ਨਾਲ। ਹਾਂ ਤੇ ਬਾਕੀ ਸੱਜਣੋ ਤੁਹਾਨੂੰ ਇਹਦੇ ਹਵਾਨੇ ਦਾ ਰੁੱਖ ਵੀ ਦੱਸੂਗਾ ਤੇ ਥਾਂਥ ਨੋਟ ਵੀ ਦੱਸੂਗਾ ਤੇ ਬਾਕੀ ਮੇਨ ਗੱਲ ਉਹੀ ਆ ਯਾਰ, ਤਸੱਲੀ ਕਰਕੇ ਚੀਜ਼ ਨੂੰ ਲੈ ਲਿਆ ਕਰੋ, ਬਾਅਦ ਚੋਂ ਫਿਰ ਬਾਹਲੇ ਚੱਕਰਾਂ 'ਚ ਪੈਣ ਦੀ ਲੋੜ ਪੈਂਦੀ ਨਹੀਂ। ਇਹਦੇ ਰੁਪਈਏ ਕਿੰਨੇ ਲਵਾਂਗੇ? ਇਹ 35 ਦੀ ਦੇ ਦਾਂਗੇ ਲਾਸਟ ਬਾਈ। ਸੱਜਣੋ ਇਹਦਾ ਕੱਦ ਬਿੱਡ ਹੈਗਾ ਬਾਈ ਵੱਡਾ, ਕਿਉਂਕਿ ਜਿਹੜੀ ਦਾ ਕੱਦ ਹੋਊਗਾ ਵੱਡਾ ਮੈਂ ਦੱਸ ਦੂੰਗਾ, ਤੇ ਜਿਹਦਾ ਦਰਮਿਆਨਾ ਹੋਊਗਾ ਮੈਂ ਦਰਮਿਆਨਾ ਵੀ ਦੱਸ ਦੂੰਗਾ ਵੀ ਯਾਰ ਇਹ ਦਰਮਿਆਨੇ ਕੱਦ ਘੱਟ ਚਾ। ਤੇ ਥਣ ਥਨੌਟ ਇਹਨੂੰ ਵੀ ਚੰਗਾ ਲੱਗਿਆ। ਸੂਆ ਇਹਦਾ ਹੈਗਾ ਸੱਜਣੋ ਪਹਿਲਾ, ਇਹ ਆ ਗਈ ਬਾਈ ਬਲੈਕ ਚ। ਜੇ ਆਪਾਂ ਗੱਲ ਕਰ ਲਈ ਵੀ ਬਲੈਕ ਜਰਸੀ ਦੀ ਜਿਹੜੀ ਡਿਮਾਂਡ ਆ ਅੱਜ ਕੱਲ ਜ਼ਿਆਦੇ ਆ ਥੋੜੀ ਮਾਰਕੀਟ ਚ, ਇਹ ਆ ਗਈ ਬਲੈਕ ਚ ਤੇ ਜਾਣ ਵਾਲੀ ਬੱਛੀ ਆ ਤੇ ਲੰਬਾਈ ਲੰਬੂਈ ਵੀ ਚੰਗੀ ਆ। ਇਹਦੇ ਥੱਲੇ ਹੁਣ ਕਿੰਨੀ ਕੁ ਬੋਲੀ ਆ ਬਾਈ? ਇਹਦੇ ਥੱਲੇ ਵੀ ਬੋਲੀ ਹੈਗੀ ਆ 9-10 ਕਿਲੋ। 9 ਕਿਲੋ ਮੰਨ ਲਓ, 9 ਕਿਲੋ ਹੈਗੀ ਖੁੱਲੀ ਬੋਲੀ। ਹਾਂ 9 ਕਿਲੋ ਬੋਲੀ ਆ। ਇਹਦੇ ਨਾਲ ਬੱਚਾ ਕੀ ਆ? ਇਹਦਾ ਬੱਚਾ ਹੀ। ਅੱਛਾ ਇਹਦੇ ਮਗਰ ਆ ਗਿਆ ਮੇਲ ਕਾਫ ਹਨਾ। ਹਾਂਜੀ ਫੇਸ ਕੁਆਲਿਟੀ ਦਿਖਾ ਦੀ, ਦੱਸੋ ਫੇਸ ਕੁਆਲਿਟੀ ਦੇ ਮਾਰ ਦੇ ਐਂ ਦਿਖਾ ਦੇ ਹਰੇਕ ਪੱਖ ਤੋਂ, ਕਿਉਂਕਿ ਦੇਖਣ ਵਾਲਾ ਸੱਜਣ ਯਾਰ ਰਹਿ ਨਾ ਜਾਵੇ, ਹਰੇਕ ਪੱਖ ਤੋਂ ਆਪਣਾ ਫਰਜ਼ ਆ ਵੀ ਜਾਨਵਰ ਨੂੰ ਆਪਾਂ ਹਰੇਕ ਪੱਖ ਤੋਂ ਦਿਖਾ ਦਈਏ, ਲੇਵਾ ਦਿਖਾ ਦੇ, ਥਣ ਥਨੌਟ ਦਿਖਾ ਦੇ। ਇਹਦਾ ਇਹਦੇ ਰੁਪਈਏ ਕਿੰਨੇ ਲਵਾਂਗੇ ਬਾਈ? ਇਹ ਆਪਾਂ ਦੇ ਦਾਂਗੇ ਬੱਚੀ 36,000 ਦੀ। ਇਹ ਦੇ ਦਾਂਗੇ 36,000 ਦੀ। ਹਾਂ ਜੇ ਕਿਸੇ ਚਾਰ ਚੂਰ ਵਾਲੇ ਸੱਜਣ ਕੋਲ ਜਾਂਦੀ ਆ ਬਣਨ ਵਾਲੀ ਆਈਟਮ ਆ, ਜਦੋਂ ਬਾਡੀ ਬੂਟੀ ਭਰ ਗਈ ਅਗਲੇ ਸੂਏ ਚੰਗੇ ਰੁਪਈਆਂ ਦੀ ਬਣਨ ਵਾਲੀ ਚੀਜ਼ ਆ। ਇਹਦੀ ਕੀ ਗੱਲਬਾਤ ਆ? ਇਹ ਪਹਿਲੇ ਸੂਏ ਸੂਈ ਹੋਈ ਆ, ਇਹ 20 ਦਿਨ ਹੋ ਗਏ ਸੂਈ ਨੂੰ, 80 ਮਗਰ ਆ। ਇਹ ਵੀ ਤੋਰ ਦੇ ਲੈਣੇ ਦਾ ਖੋਲ ਕੇ। ਇਹਦੇ ਮਗਰ ਬੱਚੀ ਆ? ਬੱਚੀ ਆ ਜੀ। ਇਹਦੇ ਥੱਲੇ ਦੁੱਧ ਕਿੰਨਾ ਕਰਨਾ? 7-8 ਕਿਲੋ ਤਿਆਰ ਆ ਜੀ। ਅੱਛਾ ਇਹਦੇ ਥੱਲੇ 7-8 ਕਿਲੋ ਆ, 20 ਦਿਨਾਂ ਦੀ ਸੂਈ ਆ। ਸੂਆ ਕਿਹੜਾ ਦੱਸਿਆ ਦਾ? ਇਹ ਪਹਿਲੇ ਸੂਏ ਆ। ਉਹ ਟਕਾਈ ਨਾ ਤੋਰ ਦੇ, ਡੇਗਣਾ ਨਹੀਂ ਫਰਸ਼ ਤਲਕਣਾ ਤੇਰਾ। ਆ ਕੰਮ ਥੋੜਾ ਜਿਹਾ ਗਿੱਲਾ ਜਾ ਹੋ ਰਿਹਾ ਮੀਂਹ ਮੂੰਹ ਕਰਕੇ ਸਿਸਟਮ। ਇਹਦੇ ਰੁਪਈਏ ਕਿੰਨੇ ਲਵਾਂਗੇ? ਇਹਦੇ ਕਿੰਨੇ ਪੈਸੇ ਲਵਾਂਗੇ? ਇਹਦੇ ਬੱਚੀ ਦੇ ਆਪਾਂ ਦੇ ਦਾਂਗੇ 27,000 ਦੀ। ਇਹ ਦੇ ਦਾਂਗੇ 27 ਦੀ। ਦੁੱਧ ਕਿੰਨਾ ਸੀ ਥੱਲੇ? 7-8 ਕਿਲੋ ਤਿਆਰ ਆ ਹੁਣ। ਅੱਛਾ ਇਹਦੇ ਥੱਲੇ 8 ਕਿਲੋ ਰੈਡੀ ਆ। ਲੈ ਇਹਦੇ ਥੱਲੇ ਹੈਗਾ 8 ਤੋਂ 9 ਕਿਲੋ ਦੁੱਧ। ਇਹ ਹੈਗੀ ਆ ਸੱਜਣੋ 20 ਦਿਨਾਂ ਦੀ ਸੂਈ। ਇਹ ਬਾਈ ਕਹਿੰਦਾ ਦੇ ਦਾਂਗੇ ਕਿੰਨੇ ਦੀ? 27 ਦੀ ਵੀਰੇ। ਇਹ ਮਿਲੂਗੀ ਤੁਹਾਨੂੰ 27,000 ਦੀ ਤੇ ਨਾਲ ਇਹਦੇ ਹੈਗੀ ਆ ਬੱਚੀ ਹੈਨਾ? ਬੱਚੀ ਨਾਲ ਆ। ਹਾਂਜੀ ਹਾਂ। ਹੁਣ ਤਾਂ ਇਧਰਲੇ ਬੰਨੇ ਆ ਜਾਓ, ਹੁਣ ਇਧਰੋਂ ਕਰਦੇ ਆ ਸਟਾਰਟ। ਇੱਕ ਤੋਕੜ ਗੱਬਣ ਵੀ ਦਿਖਾਉਂਗਾ ਤੁਹਾਨੂੰ ਮੈਂ, ਇੱਕ ਦਿਖਾਉਂਗਾ ਸੱਜਣੋ ਤੋਕੜ ਜਿਹੜੇ ਸੱਜਣ ਨੇ ਘੱਟ ਪੈਸੇ ਲਾ ਕੇ ਚੀਜ਼ ਲੈਣੀ ਆ ਉਹਦੇ ਵਾਸਤੇ ਵੀ ਹੈਗਾ ਤੋਹਫਾ ਇੱਕ। ਇਹਦੀ ਕੀ ਗੱਲਬਾਤ ਆ? ਇਹ ਬਾਈ ਦੂਜੇ ਸੂਏ ਸੂੰਦੀ ਆ। ਅੱਛਾ ਇਹ ਸੂੰਦੀ ਆ ਦੂਜੇ ਸੂਏ। ਇਹ ਆ ਗਿਆ ਗੱਬਣ ਸਟਾਕ ਇੱਧਰ ਹਨਾ? ਹਾਂ ਵੀਰੇ। ਹਾਂ ਇਹ ਕਾ ਇੱਕ ਦਿਨ ਕੱਢਦੀ ਆ? ਇਹ ਬਾਈ 10 ਦਿਨ ਲਊਗੀ। ਅੱਛਾ ਇਹ ਲੈ ਜੂ 10 ਦਿਨ ਹਨਾ? ਹਾਂ 10 ਯਾਨੀ 15 ਦਿਨਾਂ ਚ ਤਿਆਰ ਹੋ ਜੂ ਹਨਾ। ਇਹ ਜਰਸੀ ਤੇ ਐਚਐਫ ਦਾ ਕ੍ਰੋਸ ਆ। ਕ੍ਰੋਸ ਚ ਹਾਂਜੀ ਹਾਂਜੀ। ਇਹ ਆ ਗਿਆ ਜਰਸੀ ਤੇ ਐਚਐਫ ਦਾ ਕ੍ਰੋਸ। ਬਾਕੀ ਸੱਜਣੋ ਸਾਰੇ ਤੁਸੀਂ ਮੇਰੇ ਨਾਲ ਸਿਆਣੇ ਹੋ, ਤੁਸੀਂ ਨੇ ਆਪਦੀ ਸਮਝ ਨਾਲ ਦੇਖਣਾ ਵੀ ਇਹ ਕਿਹੜੀ ਨਸਲ ਚ ਪੈਂਦੀ ਆ, ਕਿਉਂਕਿ ਜਿੰਨੀ ਕੁ ਮੈਨੂੰ ਸਮਝ ਆ ਮੈਂ ਆਪਦੀ ਸਮਝ ਦੇ ਹਿਸਾਬ ਨਾਲ ਤੁਹਾਨੂੰ ਹਰੇਕ ਪੱਖ ਤੋਂ ਦੱਸ ਦਿੰਦਾ ਹੁੰਦਾ ਵੀ ਇਹ ਜਾਨਵਰ ਇਸ ਨਸਲ ਚ ਆ ਗਿਆ ਵੀ ਜਾਂ ਇਹਦੀ ਜਿਹੜੀ ਖਾਸੀਅਤ ਆ ਇੱਥੇ ਤੋਂ ਆ ਗਈ ਵੀ ਥਣ ਥਨੌਟ ਇਹਨੂੰ ਵੀ ਚੰਗਾ ਲੱਗਿਆ, ਪਰ ਇਹ ਆ ਗਈ ਵੱਡੇ ਕੱਦ ਕਾਰ ਚ। ਇਹਦਾ ਕੀ ਦੁੱਧ ਰਿਕਾਰਡ ਰਿਹਾ ਪਿਛਲੇ ਸੂਏ ਦਾ? ਬਈ ਇਹਦਾ 15 ਕਿਲੋ ਦਾ ਰਿਕਾਰਡ ਸੀ ਪਹਿਲੇ ਸੂਏ। ਅੱਛਾ 15 ਦਾ ਸੀ? ਹਾਂ ਇੱਕ ਤੇ ਮੈਨੂੰ ਉਮੀਦ ਆ ਵੀ 16-17 ਕਿਲੋ ਦਾ ਚਵਾਊਗੀ। 10 ਦਿਨ ਕੱਢਦੀ ਹਲੇ, 10 ਦਿਨ ਦੇ ਹਿਸਾਬ ਨਾਲ ਉਹ ਹਿਸਾਬ ਨਾਲ ਲੇਵੇ ਦੀ ਇਹਦੀ ਜੱਜਮੈਂਟ ਕਰ ਲਿਓ ਬਈ। ਇਹਦੇ ਹਜੇ ਹੈਗੇ ਨੇ 10 ਦਿਨ ਬਾਕੀ। ਇਹਦੇ ਪੈਸੇ ਕਿੰਨੇ ਲਵਾਂਗੇ? ਇਹ 40 ਦੀ ਦੇ ਦਾਂਗੇ। ਹਾਂ ਨਾ ਅੱਜ ਇਹ ਆਪਾਂ 40 ਦੀ ਦੇ ਦਾਂਗੇ, ਅੱਜ ਦਾ ਰੇਟ ਆ, ਅੱਜ ਦਾ ਰੇਟ ਆ, ਹਾਜ਼ਰ ਤਾਂ ਇਹ 55-60 ਦੀ ਮੈਂ। ਅੱਛਾ ਤੇ ਹੁਣ ਆ ਜਾ ਇਹਦੇ ਤੇ ਮਾਰ ਦੇ ਤਰਸ ਕੈਮਰਾ ਆ ਵੀ ਤੋਰ ਦੋ ਜੀ ਕੋਈ ਨਹੀਂ। ਇਹਦਾ ਕਿਹੜਾ ਸੂਆ?
ਇਹ ਦੂਜੇ ਸੂਏ ਸੁਣਦੀ ਆ ਜੀ। ਇਹ ਕਿੰਨੇ ਦਿਨ ਕੱਢਦੀ ਆ? ਇਹ ਲਊਗੀ ਬਾਈ, ਇਹ ਵੀ ਹਫਤਾ ਖੰਡ 10 ਦਿਨ ਲੈ ਜਾਣਾ। ਅੱਛਾ, ਇਹ ਲੈ ਜੂਗੀ ਹਫਤੇ ਤੋਂ 10 ਦਿਨ। ਹਾਂਜੀ। ਇਹਦਾ ਕੀ ਰਿਕਾਰਡ ਦੱਸਿਆ ਦੁੱਧ ਦਾ ਪਹਿਲੇ ਸੂਏ? ਇਹ ਬਾਈ ਇੱਕੀ ਚਬਾਊ 13-14 ਕਿਲੋ। ਅੱਛਾ ਹਾਂਜੀ ਹਾਂ। ਇਹ ਆ ਗਈ ਸੱਜਣੋ ਪਿਓਰ ਜਰਸੀ ਚ, ਕਿਉਂਕਿ ਜਿਹੜੇ ਆਪਣੇ ਮਿੱਤਰਾਂ ਦੀ ਹੁੰਦੀ ਆ ਡਿਮਾਂਡ ਵੀ ਆਪਾਂ ਜਰਸੀ ਲੈਣੀ ਆ। ਇਹ ਆ ਗਈ ਪਿਓਰ ਜਰਸੀ ਚ, ਇਹ ਸੂੰਦੀ ਆ ਦੂਜਾ ਸੂਆ ਹੈ। ਹਾਂਜੀ। ਆ ਥਣ ਥਣੋਟ, ਇਹਨੂੰ ਵੀ ਟੌਪ ਦਾ ਲੱਗਿਆ, ਜਿਵੇਂ ਆਪਾਂ ਗੱਲ ਕਰ ਲੈਣਾ ਵੀ ਯਾਰ ਮੈਸਾਂ ਦਾ ਥਣ ਲੱਗਿਆ, ਇਹਨੂੰ ਵੀ ਦੂਰਾ ਥਣ ਲੱਗਿਆ, ਮੈਸਾਂ ਤੇ ਲੱਗਿਆ ਵੀ ਗੈਪ ਤੇ ਆ, ਕਿਉਂਕਿ ਜਿੱਦਾਂ ਜਿੱਦਾਂ ਯਾਰ ਇਹਨੇ ਅੱਗੇ ਬਈ ਰੈਡੀ ਹੋਣਾ ਹਨਾ, ਉਦਾਂ ਉਦਾਂ ਇਹਨੇ ਥਣਾਂ ਚ ਗੈਪ ਵੀ ਵਧਾਉਂਦੇ ਜਾਣਾ ਤੇ ਉਦਾਂ ਉਦਾਂ ਇਹਨੇ ਥੱਲਿਓਂ ਲੇਵਾ ਵੀ ਰੈਡੀ ਕਰ ਦੇਣਾ। ਹਾਂਜੀ ਹਾਂਜੀ। ਇਹ ਕਿੰਨੇ ਦੀ ਛੱਡ ਦਾਂਗੇ ਆਪਾਂ? ਇਹ ਬਾਈ ਦੇਖ ਝੋਲ ਦੇ ਲੇਵੇ ਦੇ ਵਿੱਚ ਬਹੁਤ ਪਈਆ ਹਲੇ ਤਾਂ ਲੱਗ ਵਪਾਰੀ ਦਿਖਾਉਂਦੇ ਹੁੰਦੇ ਨੇ ਫੜ ਕੇ ਵੀ ਜਮਾ ਸੀਨ ਛਾਊਗਾ ਵਧੂਗਾ ਲੇਵਾ ਇਹਦਾ ਹਜੇ ਕੱਢੂਗੀ ਬਾਰੇ ਹੋਰ ਉਹ ਜਿਹਾ ਬੱਚੀ ਚੰਗੀ ਆ ਇਹ ਵੀ ਤੇ ਬਾਕੀ ਥੋਂ ਵੀ ਥੋੜਾ ਰੁਕੂਗੀ ਤੁਹਾਡਾ ਇਹਦਾ ਇੱਕੋ ਹੀ ਮੁੱਲ ਆ ਜਿਹੜਾ ਅੱਜ ਦਾ 35 ਦੀ ਛੱਡਾਂਗੇ ਜਮਾ ਲਾ ਇਹ ਦੇ ਦਾਂਗੇ 35 ਜਮਾ 35 ਦੀ ਆਹ ਆਈਟਮ ਕਿੰਨੇ ਹੀ ਦੇਵਾਂਗੇ ਇਹ ਦੂਏ ਸੂਏ ਸੁੰਦੀ ਆ 6 ਦੰਦ ਅੱਛਾ ਇਹ ਲਊਗੀ ਬਾਈ 25 ਤੋਂ ਮਹੀਨਾ ਘੱਟੋ ਘੱਟ ਇਹ ਪੰਜਾਬ ਵਾਲੀ ਆ ਗਈ ਹੈਨਾ ਇਹ ਆ ਗਈ ਸੱਜਣੋ ਪੰਜਾਬ ਵਾਲੀ ਵੱਡੇ ਕੱਦ ਕਾਠ ਚ ਆ ਗਈ ਤੇ ਜਾਣ ਜੂਣ ਤਾਂ ਬਾ ਕਮਾਲ ਹੀ ਇਹਦੇ ਚ ਤੇ ਰੰਗ ਰੂਪ ਦੀ ਵੀ ਸੋਹਣੀ ਆ ਜੇ ਆਪਾਂ ਗੱਲ ਕਰ ਲਈਏ ਫੁੱਲ ਆਪਾਂ ਲਾ ਲਈਏ ਵੀ ਰੈੱਡ ਤੇ ਬਰਾਊਨ ਚ ਆ ਗਈ ਇਹ ਕੱਢਦੀ ਆ ਮਹੀਨੇ ਡੇਢ ਕਿਲੋ ਹਾਂਜੀ ਹਾਂਜੀ 6 ਦੰਦ ਮੂੰਹ 6 ਦੰਦ ਪਹਿਲੇ ਸੂਏ ਦਾ ਕੀ ਰਿਕਾਰਡ ਦੱਸਿਆ ਪਹਿਲੇ ਦਾ 14 ਕਿਲੋ ਬਾਈ ਅੱਛਾ ਪਹਿਲੇ ਸੂਏ ਦਾ 14 ਕਿਲੋ ਦਾ ਰਿਕਾਰਡ ਆ ਇਹਦੇ ਪੈਸੇ ਅੱਜ ਆਪਾਂ ਕਿੰਨੇ ਲਾਵਾਂਗੇ ਅਸੀਂ ਕੱਚੀ ਬਿੱਲੀ ਅੱਜ ਕੱਚੀ ਦੇ 37,000 ਦੀ ਲਾਸਟ ਅੱਜ ਇਹ ਦੇ ਦਾਂਗੇ ਆਪਾਂ 37,000 ਦੀ ਮਹੀਨੇ ਡੇਢ ਗੇੜ ਕੱਢਦੀ ਆ ਤੇ ਸੂਗੀ ਵੀ ਜੇ ਮੈਂ ਗੱਲ ਕਰ ਲਾਂ ਜੀਰੀ ਲਵਾਉਣ ਦੇ ਨੇੜੇ ਜਾ ਕੇ ਸੂਗੀ ਹਾਂਜੀ ਹਾਂ ਝੋਲ ਝੋਲ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਇਹ ਸੱਜਣੋ ਜਾਣ ਵਾਲੀ ਆ ਬੱਚੀ ਇਹ ਹੈਗੀ ਆ ਪੰਜਾਬ ਵਾਲੀ ਕਿਉਂਕਿ ਜਿਹੜੀ ਜਿਹੜੀ ਹੋਊਗੀ ਜਿੱਦਾਂ ਕੋਈ ਹਿਮਾਚਲ ਵਾਲੀ ਪੰਜਾਬ ਵਾਲੀ ਉਦਾਂ ਉਦਾਂ ਤੁਹਾਨੂੰ ਮੈਂ ਸਾਰੀਆਂ ਦੱਸਦਾ ਜਾਊਂਗਾ ਇਹਦਾ ਕਿਹੜਾ ਸੂਆ ਬਾਈ ਇਹ ਦੂਜੇ ਸੂਏ ਆ ਬਾਈ ਇਹ ਤੋਕੜ ਵੈੜ ਆ ਗੱਬਣ ਨਹੀਂ ਹੈਗੀ ਅੱਛਾ ਇਹ ਹੈਗੀ ਆ ਤੋਕੜ ਵੀ ਗੱਬਣ ਨਹੀਂ ਖਾਲੀ ਆ ਖਾਲੀ ਆ 5 ਕਿਲੋ ਦੁੱਧ ਆਪਾਂ ਚੈੱਕ ਨਹੀਂ ਕਰਾਈ ਹੋ ਸਕਦਾ ਹੋਵੇ ਗੱਬਣ ਜਾਣੀ 5 ਕਿਲੋ ਦੁੱਧ ਆ ਅੱਛਾ ਆ ਇਹ ਕਿਉਂ ਡਿਮਾਂਡ ਬਹੁਤ ਆ ਵੀਰੇ ਆਪਾਂ ਪਿਛਲੀ ਵੀਡੀਓ ਤੋਕੜ ਪਾਈ ਸੀ ਵੈੜ ਬਹੁਤ ਫੋਨ ਆਏ ਨੇ ਵੈੜ ਦੇ ਤਾਂ ਕਰਕੇ ਇੱਕ ਅੱਧੀ ਤੋਕੜ ਜੇ ਮਿਲ ਜਾਂਦੀ ਆ ਲੜਾਈਆਂ ਹੋਈਆਂ ਤੋਕੜ ਪਿੱਛੇ ਹੈ ਬਹੁਤ ਹੋਈਆਂ ਬਾਈ ਬਹੁਤ ਫੋਨ ਆਏ ਨੇ ਬਾਕੀ ਇਹਦੀ ਨਫਾ ਵੀ ਦਿੰਦੇ ਸੀ ਬੰਦੇ ਆਪਣੇ ਮੁੱਲ ਮੰਗੇ ਤੋਕੜ ਅੱਛਾ ਹਾਂ ਅੜ ਜਾਣੀ ਅਗਰ ਆਲੀ ਕਦੇ ਕਦੇ ਹੈ ਨਾ ਲੱਗ ਜਾਂਦੇ ਨੇ ਮੁੱਲ ਤੋਂ ਬਾਹਰ ਵੀ ਰੁਪਏ ਲੱਗ ਜਾਂਦੇ ਨੇ ਜੀ ਇਹ ਦੋਏ ਡੰਗ ਦਿੰਦੀ ਆ ਹਾਂ ਜੀ ਹਾਂ ਦੋਏ ਡੰਗ ਇਹਦੇ ਕਿੰਨੇ ਰੁਪਏ ਲਵਾਂਗੇ ਇਹ ਬਾਈ ਦੇ ਦਾਂਗੇ ਆਪਾਂ 14,000 ਦੀ ਇਹ ਦੇ ਦਾਂਗੇ 14,000 ਦੀ ਹਾਂ ਤੇ ਇਸ ਤੋਂ ਬਾਅਦ ਮੇਰਾ ਖਿਆਲ ਆ ਇੱਕ ਤੋਕੜ ਗੱਬਣਾ ਹਨਾ ਹਾਂਜੀ ਹਾਂਜੀ ਆਇਆ ਤਾਂ ਸਾ ਇਧਰ ਨੂੰ ਲੈ ਆਵਾ ਇੱਕ ਤੋਕੜ ਗੱਬਣ ਵੀ ਦਿਖਾ ਦਈਏ ਇਹਦੇ ਤੇ ਮਾਰ ਦੇ ਕੈਮਰਾ ਆ ਗਈ ਬਾਈ ਤੋਕੜ ਗੱਬਣ ਇਹਦਾ ਸੂਆ ਕਿਹੜਾ ਇਹ ਦੂਜਾ ਬਾਈ ਵੱਡੀ ਬੈੜੀ ਆ ਕੱਦ ਕਾਠ ਵਾਲੀ ਆ ਇਹ ਹੈਗੀ ਆ ਸੱਜਣੋ ਵੱਡੇ ਕੱਦ ਕਾਠ ਵਾਲੀ ਆ ਢਾਂਚਾ ਵੀ ਚੰਗਾ ਉੱਤੇੋਂ ਬਾਡੀ ਬੂਡੀ ਦੀ ਗੱਲ ਕਰ ਲਈਏ ਹਨਾ ਇਹ ਆ ਗਈ ਫੁੱਲ ਵੱਡੇ ਕੱਦ ਕਾਠ ਜਿਵੇਂ ਆਪਾਂ ਕਹਿ ਲੈਣਾ ਕਿ ਪੰਜਾਬ ਵਾਲੇ ਜਿਹੜੇ ਆ ਨੌ ਨੂੰ ਜੇ ਬਣਾਉਣ ਵਾਲੇ ਨੇ ਇਹਦੇ ਬੈੜ ਦੇ ਇਹ ਵੀ ਮੇਰਾ ਖਿਆਲ ਆ ਯਾਰ ਪੰਜਾਬ ਵਾਲੀ ਜਰਸੀਆਂ ਚ ਆ ਗਈ ਹਾਂਜੀ ਇਹ ਆ ਗਈ ਵੱਡੇ ਕੱਦ ਕਾਠ ਵਾਲੀ ਕਿਉਂਕਿ ਜਿਹੜੀ ਜਿੱਥੇ ਵਾਲੀ ਹੋਊ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਵੀ ਆਪਾਂ ਦੱਸ ਦਿੰਦੇ ਹੁੰਦੇ ਆ ਹਰੇਕ ਪੱਖ ਤੋਂ ਦਿਖਾ ਦਈ ਦਰਸੋ ਹਣ ਹੁਣ ਵੀ ਦਿਖਾ ਦੀ ਅਗਲੇ ਬੰਦੇ ਨੂੰ ਇਹ ਕਿੰਨੇ ਟਾਈਮ ਦੀ ਗੱਬਣਾ ਇਹ 5 ਮਹੀਨਿਆਂ ਦੀ ਆ ਬਾਈ 5 ਮਹੀਨਿਆਂ ਦੀ ਗੱਬਣਾ ਹਾਂਜੀ ਹਾਂ ਦੁੱਧ ਹੁਣ ਕਿੰਨਾ ਦੁੱਧ 7-8 ਕਿਲੋ ਹੈਗਾ 7-8 ਪਾ ਦਿੰਦੀ ਆ ਹਾਂ ਪਾ ਦਿੰਦੀ ਆ ਆਪਣੇ ਕੋਲੇ ਆਈ ਆ ਜਾਣੀ ਹੋਰ ਵੀ ਵਧਾਊਗੀ ਚਬਾਈ ਬਹੁਤ ਵਧੀਆ ਅੱਛਾ ਹਾਂਜੀ ਪੋਲੀ ਚਬਾਈ ਆ ਨਾ ਇਹਦੇ ਕਿੰਨੇ ਪੈਸੇ ਲਵਾਂਗੇ ਇਹ 28 ਦੀ ਦੇ ਦਾਂਗੇ ਜਮਾ ਫੈਕਸ ਮੁੱਲ 32,000 ਅੱਛਾ ਹਾਂਜੀ ਇਹ ਛੱਡ ਦਾਂਗੇ 28 ਦੀ ਟੋਕੜ ਗੱਬਣ 5 ਮਹੀਨਿਆਂ ਦੀ ਗੱਬਣ ਹਾਂਜੀ ਹਾਂਜੀ ਲੈ ਹੁਣ ਆ ਵੀ ਤੋੜ ਦੇ ਲੈਣ ਜਰਾ ਇਹਦਾ ਕੀ ਸੀ ਨਾ ਇਹ ਬਾਈ ਦੂਜੇ ਸੂਏ ਸੁਣਦੀ ਆ ਅੱਛਾ ਹਾਂਜੀ ਇਹ ਵੀ ਦੰਦਾਂ ਦਾ ਹਾਂ ਦੰਦਾਂ ਦਾ ਦੇਖੀ ਨਹੀਂ ਹੈਗੀ ਉਹ ਤਾਂ ਸਾਡਾ ਤਾਂ ਮਕਸਦ ਸੀਗਾ ਵੀ ਸਵਾ ਕੇ ਵੇਚੀਏ ਠੀਕ ਆ ਗੱਲ ਹਾਂ ਸਾਨੂੰ ਥੋੜੀ ਥਣ ਦੀ ਸ਼ੱਕ ਪੈਂਦੀ ਆ ਵੀ ਸ਼ਾਇਦ ਉਰਲਾ ਥਣ ਘੱਟ ਹੋਵੇ ਹਾਂ ਇਹਦਾ ਸੱਜਣਾ ਜਿਹੜਾ ਪਿਛਲਾ ਥਣਾ ਨਾ ਕਵੈਣੀ ਵਾਲਾ
ਜਿੱਦਾਂ ਮੈਂ ਦਿਖਾ ਵੀ ਦਊਂਗਾ ਜਦੋਂ ਉੱਥੇ ਜਾਊਗੀ ਹੈ ਨਾ, ਲੈ ਤਰਸ ਇੱਥੇ ਦਿਖਾ ਦੀ ਨੇੜੇ ਲਾ ਕੇ, ਕਿਉਂਕਿ ਇਹ ਚ ਥੋੜਾ ਜਿਹਾ ਲੰਬੀ ਤੋਰ ਆਏ ਨੂੰ ਚਲਾ ਦੋ ਜੀ, ਆਏ ਨੂੰ ਚਲਾ ਦੋ ਬਾਈ ਨੂੰ ਲੱਗਦਾ ਵੀ ਥੋੜਾ ਯਾਰ ਕੋਈ ਦਿੱਕਤ ਨਾ ਹੋਵੇ। ਦੁੱਧ ਬਾਈ ਇਹ 18 ਤੋਂ 20 ਕਿਲੋ ਜਵਾਉ ਭਾਂਡੇ ਦੇ ਹਿਸਾਬ ਨਾਲ। ਹਾਂ ਲੇਵਾ ਲੂਗਾ ਬਹੁਤ ਬਣਾਈ ਜਾਂਦੀ ਹੈ ਨਾ, ਦਿਨ ਕਿੰਨੇ ਕੱਢਦੀ ਆ ਇਹ। ਮੈਨੂੰ ਲੱਗਦਾ ਵੀ 2-4 ਦਿਨਾਂ ਦੇ ਵਿੱਚ ਵਿੱਚ ਇਹਨੇ ਸੂ ਪੈਣਾ। ਹਾਂ ਕਈ ਵਾਰੀ ਪਸ਼ੂ ਸੂ ਕੇ ਸੈੱਟ ਹੋ ਜਾਂਦਾ ਹੈ ਨਾ। ਹਾਂ ਬਾਈ ਪਰ ਆਪਾਂ ਜੇ ਦੇਖ ਆਪਾਂ ਮਾਲ YouTube ਤੇ ਆਪਣਾ ਵੇਚਦਾ, ਆਪਾਂ ਜਿਹੜੀ ਗੱਲ ਆ ਉਹੀ ਕਹਿ ਕੇ ਡੰਗਰ ਵੇਚਦੇ ਆ, ਇਹ ਨਹੀਂ ਹੈਗਾ ਕੋਈ ਸੱਜਣ ਆਊਗਾ ਮਾੜੀ ਝਾਰ ਮਾਰ ਲੂਗਾ ਆਪਾਂ ਦੱਸੀਏ ਨਾ, ਅਗਲੇ ਨੇ ਵੀ ਰੁਪਈਏ ਲਾਉਣੇ ਆ। ਉਹ ਲੇਵਾ ਲੇਵਾ ਲੂਗਾ ਬਹੁਤ ਆ ਯਾਰ ਇਹਦਾ ਜੇ ਗੱਲ ਕਰ ਲਈਏ ਹੈ ਨਾ। ਹਾਂਜੀ ਹਾਂਜੀ ਹਾਂ ਲੇਵਾ ਲੂਗਾ ਸੱਜਣੋ ਬਹੁਤ ਆ ਇਹਦਾ ਬਾਈ ਜੇ ਗੱਲਬਾਤ ਆਪਾਂ ਕਰ ਲਈਏ ਹੈ ਨਾ। ਹਾਂਜੀ ਇਹ ਕਿਹੜੀ ਨਸਲ ਚ ਪੈਗੀ ਲਾਡੀ? ਇਹ ਬਾਈ ਕ੍ਰੋਸ ਚ ਪੈਗੀ, ਫੈਟ ਫੂਡ ਇਹਦੀ ਵੀ ਚੰਗੀ ਹੋਊਗੀ। ਇਹ ਆ ਗਈ ਕ੍ਰੋਸ ਚ ਤੇ ਫੁੱਲ ਵੱਡੇ ਕੱਦ ਚ ਆ ਗਈ ਤੇ ਮੇਨ ਗੱਲ ਆ ਯਾਰ ਜਿਹੜੀ ਜਾਨ ਜੂਨ ਬਹੁਤ ਆ ਹੈ ਨਾ, ਭਾਂਡਾ ਵੀ ਚੰਗਾ ਤਿਆਰ ਕਰੀ ਜਾਂਦੀ ਹੈ। ਲੇਵਾ ਲੂਵਾ ਇਹਨੇ ਫੁੱਲ ਵੱਡਾ ਤਿਆਰ ਕਰਿਆ ਤੇ ਜਿਹੜੀ ਸ਼ੱਕ ਆ ਬਾਈ ਨੂੰ ਥਣ ਦੀ ਬਾਈ ਹੈ ਨਾ, ਸਵਾ ਕੇ ਵੇਚ ਦਾਂਗੇ। ਹਾਂ ਉਂ ਜਣੀ ਐ ਲੇਵੇ ਦੇ ਵਿੱਚ ਤੁਸੀਂ ਦੇਖ ਵੀ ਲਓ, ਕੋਈ ਐਵੇਂ ਫਰਕ ਲੱਗਦਾ ਨਹੀਂ ਹੈਗਾ ਬਈ ਲੇਵਾ ਇੱਕਮ ਜਿੱਕਾ ਹੀ ਆ ਜਮਾ ਹੁਣ ਆਪਾਂ ਤੋਰੀ ਆ। ਹਾਂਜੀ ਹਾਂਜੀ ਹਾਂ ਪਰ ਆਪਾਂ ਜਿਹੜਾ ਚੀਜ਼ ਆਪਾਂ ਦੱਸ ਕੇ ਦਿੰਨੇ ਆ ਹੁਣ ਸੂਏ ਤੋਂ ਬਾਅਦ ਹੀ ਚੱਲ ਪਤਾ ਲੱਗੂ ਆਪਾਂ, ਪਰ ਅੱਜ ਦਾ ਮੁੱਲ ਇਹਦਾ ਉਹ ਜਿਹਾ ਹੀ ਆ ਤਿੱਲਾਂ ਵਾਲਾ। ਅੱਛਾ ਹਾਂਜੀ ਤੇ ਅੱਜ ਕੋਈ ਸੱਜਣ ਯਾਰ ਤਿੱਲ ਮੰਨ ਕੇ ਉਹਦੇ ਪਰ ਜਿਹੇ ਥਣ ਚੱਲ ਪਏ ਵੀ ਉਹਦੇ ਕਰਮ ਨੇ। ਇਹ ਕਿੰਨੇ ਪੈਸੇ ਦੇ ਦਾਂਗੇ ਆਪਾਂ ਅੱਜ? ਇਹ ਅੱਜ ਦਾ ਜਮਾ ਫੈਕਸ 35 ਦੀ ਦੇ ਦਾਂਗੇ। ਇਹ ਦੇ ਦਾਂਗੇ 35,000 ਦੀ, ਘੱਟੋ ਘੱਟ 18-20 ਕਿਲੋ ਦੁੱਧ ਚਬਾਊਗੀ। ਹਾਂ ਦੁੱਧ ਸੱਜਣੋ ਇਹ ਚੰਗਾ ਚਬਾ ਦੂਗੀ, ਇਹ ਦੇ ਦਾਂਗੇ ਬਾਈ ਕਹਿੰਦਾ 35 ਦੀ 35 ਚ ਮਾਨਤਾਨ ਕਰ ਦਾਂਗੇ, ਇਹੀ ਜੀ ਗੱਲ ਨੀ। ਹਾਂਜੀ ਤੇ ਨੰਬਰ ਬੋਲ ਦੋ ਰਾਜੀ। ਨੰਬਰ ਬਾਈ ਆਪਣਾ 98-55 ਜੀ 98-1-22 ਗਰੇਵਾਲ ਡੇਅਰੀ ਫਾਰਮ ਪਿੰਡ ਤੁੰਗਾ ਹੈੜੀ ਤੋਂ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣੇ ਤੋਂ। ਇਸੇ ਤਰ੍ਹਾਂ ਹੀ ਅਗਲੀ ਵੀਡੀਓ ਕਿਸੇ ਹੋਰ ਫਾਰਮ ਤੋਂ ਲੈ ਕੇ ਮਿਲਦੇ ਆ, ਉਦੋਂ ਤੱਕ ਚੈਨਲ ਨਾਲ ਬਣੇ ਰਹੋ। ਧੰਨਵਾਦ ਜੀ।